ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੋਪਫੁਲੀ ਸਾਰੇ ਵਧੀਆ ਹੋਵਗੇ ਸੋ ਆਹ ਆਪਾਂ ਨਵਾਂ ਚੈਨਲ ਸਟਾਰਟ ਕੀਤਾ ਆ ਪਹਿਲੀ ਚੀਜ਼ ਤਾਂ ਇਹ ਆ ਇਹਦੇ ਤੇ ਸਾਰਾ ਜਿਹੜਾ ਕੰਟੈਂਟ ਆ ਮੈਂ ਟਰਾਈ ਕਰੂੰਗਾ ਕਵਰ ਅਪ ਕਰਨ ਲਈ ਸੋ ਬੇਸਿਕਲੀ ਸਾਰੀਆਂ ਸਟਾਕ ਮਾਰਕੀਟ ਦੇ ਰਿਲੇਟਿਡ ਵੀਡੀਓ ਹੋਣਗੀਆਂ ট্রেਡਿੰਗ ਦੇ ਰਿਲੇਟਿਡ ਇਨਵੈਸਟਿੰਗ ਦੇ ਰਿਲੇਟਿਡ ਸੋ ਬੇਸਿਕਲੀ ਆਪਾਂ A ਤੋਂ Z ਹੌਲੀ ਹੌਲੀ ਸਾਰਾ ਕਵਰ ਅਪ ਕਰਾਂਗੇ ਸੋ ਮੇਕ ਸ਼ੁਰ ਤੁਸੀਂ ਨਵਾਂ ਚੈਨਲ ਆ ਇਹਨੂੰ ਸਪੋਰਟ ਕਰੋ ਸਬਸਕ੍ਰਾਈਬ ਕਰੋ ਜਾ ਕੇ ਬੈਲ ਆਈਕਨ ਜਰੂਰ ਕਲਿੱਕ ਕਰਿਓ ਤਾਂ ਕਿ ਤੁਸੀਂ ਕੋਈ ਨਵੀਂ ਵੀਡੀਓ ਮਿਸ ਆਊਟ ਨਾ ਕਰੋ ਕਿਉਂਕਿ ਬਹੁਤ ਜਣੇ ਦੇ ਸਵਾਲ ਹੁੰਦੇ ਆ ਕਿ ਬਈ ਤੁਸੀਂ ਟਰੇਡਿੰਗ ਕਿੱਦਾਂ ਕਰਦੇ ਆ ਆਪਦੇ ਸਟ੍ਰੈਟੇਜੀਜ਼ ਜਿਹੜੀਆਂ ਸ਼ੇਅਰ ਕਰੋ ਸੋ ਪ੍ਰੈਟੀ ਮਾਚ ਮੈਂ ਇਹਦੇ ਵਿੱਚ ਟਰਾਈ ਕਰੂੰਗਾ ਸਾਰਾ ਕੁਝ ਰਿਕਵਰ ਅਪ ਕਰਨ ਦੀ ਸੋ ਅੱਜ ਦੀ ਆਪਣੀ ਪਹਿਲੀ ਵੀਡੀਓ ਇਹਦੇ ਵਿੱਚ ਆਪਾਂ ਜਿਹੜਾ ਟੌਪਿਕ ਕਵਰ ਕਰਾਂਗੇ ਉਹ ਹੈਗਾ ਪ੍ਰਾਈਸ ਐਕਸ਼ਨ ਸੋ ਪ੍ਰਾਈਸ ਐਕਸ਼ਨ ਦੇ ਬੇਸਿਕਸ ਆਪਾਂ ਕਵਰ ਕਰਾਂਗੇ ਹੁੰਦਾ ਕਿ ਆ ਬੜੇ ਨੂੰ ਪ੍ਰੋਬਲਮ ਆਉਂਦੀ ਹੈ ਕਿ ਪ੍ਰਾਈਸ ਐਕਸ਼ਨ ਰੀਡ ਕਿ ਪ੍ਰੈਕਟੀਕਲ ਵੀ ਹੋਊਗੀ ਬੜੀ ਮੱਚ ਆਪਾਂ ਪ੍ਰਾਈਸ ਐਕਸ਼ਨ ਅੱਜ ਸਾਰਾ ਕਵਰ ਅਪ ਇਸ ਵੀਡੀਓ ਚ ਕਰਾਂਗੇ ਪ੍ਰਾਈਸ ਐਕਸ਼ਨ ਦਾ ਮਤਲਬ ਕੀ ਆ ਪ੍ਰਾਈਸ ਐਕਸ਼ਨ ਦਾ ਮਤਲਬ ਆ ਮੂਵਮੈਂਟ ਆਫ ਅ ਸਟਾਕ ਪ੍ਰਾਈਸ ਇਨ ਅ 기ਵਨ ਟਾਈਮ ਫਰੇਮ ਕੋ ਕਿਸੇ ਵੀ ਟਾਈਮ ਫਰੇਮ ਦੇ ਵਿੱਚ ਕੋਈ ਸਟਾਕ ਕਿੰਨੀ ਮੂਵ ਕਰਦਾ ਉਹਨੂੰ ਕਹਿੰਦੇ ਆ ਪ੍ਰਾਈਸ ਐਕਸ਼ਨ ਸਿੰਪਲ ਜੀ ਭਾਸ਼ਾ ਚ ਇਹਦਾ ਮਤਲਬ ਆ ਕਿ ਕੋਈ ਵੀ ਸਟਾਕ ਜਿਹੜਾ ਆ ਉਹ ਇੱਕ ਦਿਨ ਦੇ ਵਿੱਚ ਜਾਂ ਇੱਕ ਮਿੰਟ ਦੇ ਵਿੱਚ ਜਾਂ 5 ਮਿੰਟ ਦੇ ਵਿੱਚ 10 ਮਿੰਟ ਦੇ ਵਿੱਚ ਕਿਸੇ ਵੀ ਟਾਈਮ ਫਰੇਮ ਦੇ ਵਿੱਚ ਕਿੰਨੀ ਮੂਵ ਕਰ ਰਿਹਾ ਹਰ ਇੱਕ ਸਟਾਕ ਦਾ ਜਿਹੜਾ ਪ੍ਰਾਈਸ ਮੂਵਮੈਂਟ ਆ ਉਹ ਵੱਖਰਾ ਹੁੰਦਾ दैट मींस ਪ੍ਰਾਈਸ ਐਕਸ਼ਨ ਉਹਦਾ ਵੱਖਰਾ ਹੋ ਜੇਸੀ ਟੈਸਲਾ ਦਾ ਗੱਲ ਕਰੀਏ ਉਹਦਾ ਪ੍ਰਾਈਸ ਐਕਸ਼ਨ ਕੰਪੈਰੀਟਿਵਲੀ ਐਪਲ ਦੇ ਬਹੁਤ ਜ਼ਿਆਦਾ ਸਟਰੋਂਗ ਆ ਮਤਲਬ ਟੈਸਲਾ ਇੱਕ ਗਿਵਨ ਟਾਈਮ ਫਰੇਮ ਦੇ ਵਿੱਚ ਐਪਲ ਨਾਲੋਂ ਜ਼ਿਆਦਾ ਮੂਵ ਕਰਦਾ ਪ੍ਰਾਈਸ ਐਕਸ਼ਨ ਦਾ ਜਿਹੜਾ ਥੋੜਾ ਜਿਹਾ ਐਡਵਾਂਸ ਵਰਜਨ ਆ ਜਿਹੜੇ ਬੇਸਿਕਲੀ ਡੈਰੀਵੇਟਿਵਸ 'ਚ ਯੂਜ਼ ਹੁੰਦਾ ਉਹ ਹੈਗਾ ਇਮਪਲਾਈਡ ਵੋਲੇਟਿਲਿਟੀ ਪਰ ਆਪਾਂ ਇਹਨੂੰ ਸਿੰਪਲ ਭਾਸ਼ਾ 'ਚ ਇਨ ਇਕਵਿਟੀ ਟਰੇਡਿੰਗ 'ਚ ਨੂੰ ਆਪਾਂ ਪ੍ਰਾਈਸ ਐਕਸ਼ਨ ਹੀ ਕਹਿੰਨੇ ਆ ਆਪਾਂ ਇਕਵਿਟੀ ਦੇ ਵਿੱਚ ਇਮਪਲਾਈਡ ਵੋਲੇਟਿਲਿਟੀ ਵਰਡ ਯੂਜ਼ ਨਹੀਂ ਕਰਦੇ ਉਹਦਾ ਕਾਰਨ ਇਹ ਹੈ ਕਿਉਂਕਿ ਇਕਵਿਟੀ ਦੇ ਵਿੱਚ ਜਿੱਦਾਂ ਸਾਰਿਆਂ ਨੂੰ ਪਤਾ ਟਾਈਮ ਜਾਦਾ ਵਰਡ ਨਹੀਂ ਯੂਜ਼ ਕਰਨਾ ਪੈਂਦਾ ਪ੍ਰਾਈਸ ਐਕਸ਼ਨ ਇਸ ਕਰਕੇ ਇੰਪੋਰਟੈਂਟ ਆ ਕਿਉਂਕਿ ਪ੍ਰਾਈਸ ਐਕਸ਼ਨ ਦੇ ਅਕੋਰਡਿੰਗ ਸਾਡਾ ਐਂਟਰੀ ਤੇ ਐਗਜ਼ਿਟ ਡਿਸਾਈਡ ਹੁੰਦਾ ਲੈ ਸਪੋਜ਼ ਯੇ ਮੈਂ ਐਪਲ ਟ੍ਰੇਡ ਕਰ ਰਿਹਾ ਆ ਉਹਦੇ ਵਿੱਚ ਮੈਂ ਕਿੰਨਾ ਸਟੌਪ ਲੌਸ ਰੱਖਣਾ ਕਿੰਨਾ ਟਾਰਗੇਟ ਰੱਖਣਾ ਟੈਸਲਾ ਟ੍ਰੇਡ ਕਰ ਰਿਹਾ ਆ ਉਹਦੇ ਚ ਸਟੌਪ ਲੌਸ ਕਿੰਨਾ ਰੱਖਣਾ ਟਾਰਗੇਟ ਕਿੰਨਾ ਰੱਖਣਾ ਦੋਨਾਂ ਦਾ ਜਿਹੜਾ ਡਿਸੀਜਨ ਆ ਉਹ ਮੇਰਾ ਪ੍ਰਾਈਸ ਐਕਸ਼ਨ ਦੇ ਅਕੋਰਡਿੰਗ ਹੀ ਹੋਊਗਾ ਪ੍ਰਾਈਸ ਐਕਸ਼ਨ ਜਿਹੜਾ ਆ ਉਹ ਬਹੁਤ ਸਾਰੇ ਫੈਕਟਰਸ ਤੇ ਵੇਰੀ ਕਰਦਾ ਪਹਿਲਾ ਹੈਗਾ ਸਟੌਕ ਪ੍ਰਾਈਸ ਦੂਜਾ ਹੈਗਾ ਉਹਦੀ ਵੋਲਿਊਮ ਕਿੰਨੀ ਆ ਤੀਜਾ ਪੰਜਵਾਂ ਹੈਗਾ ਓਵਰਆਲ ਸੈਕਟਰ ਮੂਵ ਸੋ ਹੋਰ ਵੀ ਬਹੁਤ ਸਾਰੇ ਫੈਕਟਰਸ ਦਾ ਜਿਨ੍ਹਾਂ ਦੇ ਉੱਪਰ ਪ੍ਰਾਈਸ ਐਕਸ਼ਨ ਡਿਪੈਂਡ ਕਰਦਾ ਸੋ ਆਜੋ ਪਹਿਲਾਂ ਚਾਰਟਸ ਦੇ ਉੱਪਰ ਸਮਝ ਲੈਨੇ ਕਿ ਪ੍ਰਾਈਸ ਐਕਸ਼ਨ ਨੂੰ ਰੀਡ ਕਿੱਦਾਂ ਕਰਨਾ ਪ੍ਰਾਈਸ ਐਕਸ਼ਨ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਇੱਕ ਟਰਮ ਸਮਝਣੀ ਪੈਣੀ ਆ ਜਿਹੜਾ ਟੈਕਨੀਕਲ ਇੰਡੀਕੇਟਰ ਆ ਉਹ ਹੈਗਾ ਏਟੀਆਰ ਯਾਨੀ ਕਿ ਐਵਰੇਜ ਟਰੂ ਰੇਂਜ ਸੋ ਏਟੀਆਰ ਜਿਹੜਾ ਹੈ ਯਾਨੀ ਕਿ ਐਵਰੇਜ ਟਰੂ ਰੇਂਜ ਇਹ ਮੈਸ਼ਰ ਕਰਦਾ ਵੋਲੈਟਿਲਿਟੀ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਸੋ ਇਹਨੂੰ ਆਪਾਂ ਚਾਰਟ ਤੇ ਦੇਖਾਂਗੇ ਕਿ ਏਟੀਆਰ ਦਾ ਕੰਮ ਕੀ ਆ ਇਹ ਲਗਾਉਣਾ ਕਿੱਦਾਂ ਸੋ ਆਹ ਆਪਣੇ ਕੋਲ ਚਾਰਟ ਹੈਗਾ ਟੈਸਲਾ ਦਾ 5 ਮਿੰਟ ਟਾਈਮ ਫਰੇਮ ਆ ਥੋੜਾ ਇਹਨੂੰ ਜ਼ੂਮ ਇਨ ਕਰ ਲੈਣੇ ਆ ਸੋ ਆਹ ਇਹਦਾ ਅੱਜ ਦਾ ਚਾਰਟ ਆ ਹੁਣ ਜੇ ਅਸੀਂ ਇਹਦੇ ਵਿੱਚ ਏਟੀਆਰ ਦੇਖਣੀ ਆ ਉਹ ਕਿੱਦਾਂ ਲਗਾਉਣਾ ਉਹ ਦੇਖਦੇ ਹੋਨੇ ਟਾਈਮ ਫਰੇਮ ਦੇ ਹਿਸਾਬ ਨਾਲ ਇਹ ਜਿਹੜਾ ਇੰਡੀਕੇਟਰ ਹੈ ਚੇਂਜ ਹੁੰਦਾ ਰਹਿੰਦਾ ਮਤਲਬ ਹੁਣ ਜੇ ਮੈਂ 5 ਮਿੰਟ ਸਿਲੈਕਟ ਕੀਤਾ ਸੋ ਇਹਦਾ ਏਟੀਆਰ ਹੈਗਾ ਅਰਾਊਂਡ 1.2 ਇਹਦਾ ਮਤਲਬ ਕੀ ਆ ਕਿ ਟੈਸਲਾ ਆਹ ਵਾਲੇ ਜਿੱਥੇ ਆਹ ਵਾਲਾ ਪੁਆਇੰਟ ਆ ਸੋ ਥੱਲੇ ਟਾਈਮ ਆ ਰਿਹਾ 10:35 10:40 ਸੋ ਐਸ ਪੁਆਇੰਟ ਦੇ ਉੱਪਰ ਟੈਸਲਾ ਜਿਹੜਾ ਹੈ ਉਹ 5 ਮਿੰਟ ਦੇ ਟਾਈਮ ਫਰੇਮ 'ਚ 1 ਪੁਆਇੰਟ ਮੂਵ ਕਰ ਰਿਹਾ ਸੀ ਐਵਰੇਜ ਮੂਵ ਉਹਦੀ ਜਿਹੜੀ ਆ ਉਹ ਇੰਨੀ ਆ ਸੋ ਹੋਰ ਅਸੀਂ ਪਿੱਛੇ ਜਾ ਕੇ ਦੇਖਦੇ ਹਾਂ ਲੈਟਸ ਸੀ ਹੁਣ ਇੱਥੇ ਦੇਖਦੇ ਹਾਂ ਸੋ ਆਪ ਪਿਛਲੇ ਦਿਨ ਦਾ ਚਾਰਟ ਆ 11 ਵਜੇ ਦੇ ਅਰਾਊਂਡ ਜਿਹੜਾ ATR ਹੈਗਾ 5 ਮਿੰਟ ਚ ਹੋਏਗਾ 0.7 ਮਤਲਬ 0.7 ਪੁਆਇੰਟਸ ਮੂਵ ਕਰ ਰਿਹਾ ਸੀ ਮਤਲਬ 0.7 ਡਾਲਰ ਮੂਵ ਕਰ ਰਿਹਾ ਸੀ ਔਨ ਏਨ ਐਵਰੇਜ 5 ਮਿੰਟ ਦੇ ਟਾਈਮ ਫਰੇਮ ਚ ਪਰ ਹੁਣ ਆਪਾਂ ਜੇ ਇਹਦਾ ਟਾਈਮ ਫਰੇਮ ਚੇਂਜ ਕਰਦੇ ਆਂ ਲੈਟਸ ਸੇ ਅਸੀਂ 15 ਮਿੰਟ ਤੇ ਚੱਲਦੇ ਆਂ ਹੁਣ ਦੇਖਿਓ ਇਹਦਾ ATR ਵੀ ਜਿਹੜਾ ਹੈ ਉਹ ਚੇਂਜ ਹੋ ਜਾਊਗਾ ਸੋ ਆਹ ਹੈਗਾ ਇਹਦਾ ਅੱਜ ਦਾ ਚਾਰਟ ਹਾਂਜੀ ਤੁਸੀਂ ਏਟੀਆਰ ਦੇਖੋ ਤਾਂ 15 ਮਿੰਟ ਦੇ ਵਿੱਚ ਚੇਂਜ ਹੋ ਗਿਆ ਮਤਲਬ ਲਗਭਗ 1 ਡਾਲਰ 75 ਸੈਂਟ ਦੇ ਨੇੜੇ ਤੇੜੇ ਮੂਵ ਦੇ ਰਿਹਾ ਉਸ ਤੋਂ ਬਾਅਦ ਏਟੀਆਰ ਜਿਹੜੀ ਹੌਲੀ ਹੌਲੀ ਡਾਊਨ ਆਉਂਦੀ ਗਈ ਕਿਉਂਕਿ ਮਾਰਕੀਟ ਜਿਹੜੀ ਆ ਵੋਲੈਟਿਲਿਟੀ ਘਟ ਜਾਂਦੀ ਜਿੱਦਦਾ ਟਾਈਮ ਨਿਕਲੀ ਜਾਂਦਾ ਐਂਡ ਅਲਟੀਮੇਟਲੀ ਜਿਹੜੀ ਏਟੀਆਰ ਇੱਥੇ 1 ਡਾਲਰ ਦੇ ਕਰੀਬ ਰਹਿ ਗਈ ਸੋ ਉਸ ਤੋਂ ਬਾਅਦ ਫੇਰ ਵੋਲੈਟਿਲਿਟੀ ਥੋੜੀ ਜਿਹੀ ਆਈ ਆ ਦੇਖੋ ਉੱਪਰ ਕਾਫੀ ਵੱਡਾ ਬਾਅਰ ਆਇਆ ਸੋ ਦੈਟ ਮੀਨਸ ਵੋਲਿਊਮ ਆਈ ਆ ਸੋ ਉਦੋਂ ਏਟੀਆਰ ਫੇਰ ਆ ਰਿਹਾ ਸੀ ਉਦੋਂ ਦਾ ATR ਡਾਊਨ ਹੁੰਦਾ ਗਿਆ ਸੋ ਜੇ ਤੁਸੀਂ ਦੇਖੋ ਜਿੱਥੇ ਵੀ ਮਾਰਕੀਟ ਓਪਨ ਹੋਈ ਆ ਸੋ ਆਹ ਵਾਲੇ ਪੁਆਇੰਟ ਤੇ ਜਦੋਂ ਵੀ ਓਪਨ ਹੋਈ ਆ ਉਸ ਤੋਂ ਬਾਅਦ ਆਹ ਵਾਲੇ ਪੁਆਇੰਟ ਤੇ ਓਪਨ ਹੋਈ ਆ ਉਦੋਂ ATR ਜਿਹੜਾ ਉਹ ਜ਼ਿਆਦਾ ਆ ਸੋ that means ਉਦੋਂ ਵੋਲੈਟਿਲਟੀ ਜ਼ਿਆਦਾ ਹੁੰਦੀ ਆ ਮਾਰਕੀਟ ਓਪਨ ਤੇ ਇਹਦੇ ਵਿੱਚ ਆਪਾਂ ਟੈਸਲਾ ਚ ਜੇ ਟਾਈਮ ਫਰੇਮ ਜਿੱਦਾਂ ਚੇਂਜ ਕਰਦੇ ਆ ਉਦਾਂ ATR ਚੇਂਜ ਹੋ ਜਾਂਦਾ ਜੇ 1 ਆਵਰ ਟਾਈਮ ਫਰੇਮ ਦੇਖੋਗੇ ਉਹਦੇ ਵਿੱਚ ਕਿੰਨਾ ਆ 3.5 ਦੇ ਅਰਾਊਂਡ ਸੋ that means ATR ਉਹਦਾ 3.5 ਆ ਇਹਦਾ ਮਤਲਬ ਕੀ ਆ ਕਿ ਐਵਰੇਜ ਮੂਵ ਜਿਹੜੀ 1 ਘੰਟੇ ਦੇ ਵਿੱਚ ਉਹਦੀ ਹੈਗੀ ਆ 3 ਟ੍ਰੇਡ ਕਰ ਰਹੇ ਹਾਂ ਕਿਸੇ ਵੀ ਟਾਈਮ ਫਰੇਮ 'ਚ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਇਹ ਸਟਾਕ ਮੈਨੂੰ ਟੋਨਨ ਐਵਰੇਜ ਕਿੰਨੀ ਕੁ ਮੂਵ ਦੇ ਸਕਦਾ ਉਹਦੇ ਬੇਸ ਦੇ ਉੱਪਰ ਆਪਾਂ ਆਪਦਾ ਟਾਰਗੇਟ ਤੇ ਸਟਾਪ ਲੌਸ ਰੱਖਦੇ ਹਾਂ ਹੁਣ ਲੈ ਸਪੋਜ਼ ਜੇ ਮੈਂ ਇਹਨੂੰ ਸਕੈਲਪ ਕਰਨਾ ਸਕੈਪ ਦਾ ਮਤਲਬ ਹੁੰਦਾ ਕੁਇਕ ਇਨ ਐਂਡ ਕੁਇਕ ਆਊਟ ਮਤਲਬ ਮੈਂ ਮੇਬੀ ਸਟਾਕ ਜਿਹੜਾ ਕੁਝ ਸੈਕਿੰਡਸ ਕੁਝ 2-3 ਮਿੰਟ ਲਈ ਹੋਲਡ ਕਰਨਾ ਉਹਦੇ ਵਿੱਚ ਮੈਂ ਕਿਹੜਾ ਟਾਈਮ ਫਰੇਮ ਯੂਜ਼ ਕਰੂੰਗਾ ਡੈਫੀਨੇਟਲੀ ਜੇ ਮੈਂ ਮਾਰਕੀਟ ਓਪਨ ਤੇ ਕਰ ਰਿਹਾ ਹਾਂ ਤਾਂ 1 ਮਿੰਟ ਟਾਈਮ ਫਰੇਮ ਦੇ ਵਿੱਚ ਮੈਂ ਉਹਦੀ ਏਟੀਆਰ ਦੇਖੂੰਗਾ ਹੁਣ ਜੇ ਅਸੀਂ 1 ਮਿੰਟ ਦੇ ਵਿੱਚ ਏਟੀਆਰ ਇਹਦੀ ਦੇਖੀਏ ਸੋ ਆਪ ਪੁਆਇੰਟ ਦੇ ਅਰਾਊਂਡ ਮਾਰਕੀਟ ਓਪਨ ਹੋਈ ਹੈ 9:30 ਦੇ ਅਰਾਊਂਡ ਹੁਣ ਜੇ ਉਸ ਪੁਆਇੰਟ ਦੇ ਉੱਪਰ ਮੈਂ ਏਟੀਆਰ ਦੇਖਾਂ ਤਾਂ 0.7 ਆ 댓 ਮੀਨਸ ਮੈਨੂੰ ਇੰਨਾ ਕੁ ਸਟਾਪ ਲੌਸ ਰੱਖਣਾ ਪੈਣਾ ਸੋ ਜਿੰਨੀ ਵੀ ਏਟੀਆਰ ਹੁੰਦੀ ਹੈ ਤੁਹਾਨੂੰ ਘੱਟ ਤੋਂ ਘੱਟ ਓਨਾ ਕੁ ਸਟਾਪ ਲੌਸ ਰੱਖਣਾ ਪੈਂਦਾ ਕਿਸੇ ਵੀ ਟ੍ਰੇਡ ਦੇ ਵਿੱਚ ਕਿਸੇ ਵੀ ਟਾਈ ਸਟਾਪ ਲਸ ਰੱਖਣਾ ਪੈਣਾ ਤਾਂ ਟਾਰਗੇਟ ਵੀ ਐਟ ਲੀਸਟ ਉਨਾ ਜਾਂ ਉਸ ਤੋਂ ਜ਼ਿਆਦਾ ਰੱਖ ਸਕਦਾ ਮੈਂ ਜਿਵੇਂ ਬ੍ਰੇਡੀ ਸ਼ੋਰ ਹੈਗਾ ਕਿ ਮੈਨੂੰ ਇਹਦੇ ਵਿੱਚ A+ ਸੈਟਅਪ ਮਿਲ ਰਿਹਾ ਮਤਲਬ ਜਿਆਦਾ ਪ੍ਰੋਬੈਬਿਲਟੀ ਹੈ ਕਿ ਇਹੇ ਟ੍ਰੇਡ ਜਿਹੜਾ ਮੇਰੀ ਫੇਵਰਿਟ ਚ ਜਾਊਗਾ ਤਾਂ ਆਬਵੀਅਸਲੀ ਜਿਹੜੀ ਮੇਰੀ ਰਿਸਕ ਟੂ ਰਿਵਾਰਡ ਰੇਸ਼ੋ ਆ ਉਹ 1:1 ਤੋਂ ਜ਼ਿਆਦਾ ਹੋਊਗੀ ਮਤਲਬ ਮੈਂ 70 ਸੈਂਟ ਦਾ ਜਾਂ 80 ਸੈਂਟ ਦਾ ਸਟਾਪ ਲਸ ਲਾ ਕੇ 1 ਡਾਲਰ ਜਾਂ 1.5 ਡਾਲਰ ਦਾ ਜਿਹੜਾ ਮੂਵ ਆ ਉਹ ਐਕਸਪੈਕਟ ਕਰ ਸਕਦਾ ਆ ਆਪਦੀ ਫੇਵਰ ਵਿੱਚ ਮਤਲਬ ਮੇਰਾ ਪ੍ਰੋਫਿਟ ਟਾਰਗੇਟ ਜਿਹੜਾ ਉਹ 1 ਡਾਲਰ ਜਾਂ 1.5 ਡਾਲਰ ਹੋ ਸਕਦਾ ਸੋ ਇੱਥੇ ਅਸੀਂ ਐਗਜ਼ਾਮਪਲ ਲੈ ਲਏ ਨੇ ਲੈਟਸ ਸਪੋਜ਼ ਜਦੋਂ ਇਹ ਰਿਜੈਕਟ ਹੋਇਆ ਉੱਪਰੋਂ ਵੀ ਵੈਪ ਇਹਨੇ ਕ੍ਰੋਸ ਕੀਤਾ ਉਸ ਤੋਂ ਬਾਅਦ ਇਹਨੇ ਆਪਦੇ ਜਦੋਂ ਡੇ ਦੇ ਲੂਸ ਬ੍ਰੇਕ ਕੀਤੇ ਮੇਬੀ ਮੈਂ ਇਹਨੂੰ ਇੱਥੇ ਟ੍ਰੇਡ ਕਰ ਸਕਦਾ ਸੀਗਾ ਲੈਟਸ ਸੀ ਜੇ ਮੈਂ ਇੱਥੇ ਇਹਨੂੰ ਸ਼ਾਰਟ ਕਰਦਾ ਆਰਾਊਂਡ 197 ਦੇ ਆਰਾਊਂਡ ਤਾਂ ਮੇਰਾ ਜਿਹੜਾ ਸਟਾਪ ਲੌਸ ਹੀਗਾ ਐਗਜ਼ਾਮਪਲ ਲੈ ਲਨੇ ਇਹਨੂੰ ਮੈਂ ਆਹ ਵਾਲੇ ਲੈਵਲ ਦੇ ਉੱਪਰ ਲੈਟ ਸੇ ਸ਼ਾਰਟ ਕੀਤਾ ਤਾਂ ਮੇਰਾ ਜਿਹੜਾ ਸਟਾਪ ਲੌਸ ਆ ਉਹ ਜਿੱਦਾਂ ਮੈਂ ਦੱਸਿਆ ਇੱਥੇ ਏਟੀਆਰ ਕਿੰਨੀ ਹੈ ਲਗਭਗ 70% ਤਾਂ ਮੈਂ 70 ਤੋਂ ਥੋੜਾ ਜਿਆਦਾ ਰੱਖ ਸਕਦਾ ਮਤਲਬ 80% ਦਾ ਸਟਾਪ ਲੌਸ ਰੱਖ ਸਕਦਾ ਸੋ ਜੇ ਮੇਰਾ 197 ਤੇ ਆ दैट मींस 197 80 ਦੇ ਅਰਾਊਂਡ ਜਾਂ ਉਸ ਤੋਂ ਜ਼ਿਆਦਾ ਮੇਬੀ 80% 90% ਦਾ ਰੱਖ ਸਕਦਾ ਸੋ ਵੀ ਵੈਪ ਤੋਂ ਉੱਪਰ ਮੈਂ ਰੱਖੂਗਾ ਆਬਵੀਅਸਲੀ ਕਿਉਂਕਿ ਵੀ ਵੈਪ ਜਿਹੜਾ ਉਹ ਕਾਫੀ ਕ੍ਰੂਸ਼ਲ ਲੈਵਲ ਹੁੰਦਾ ਸੋ ਮੇਬੀ ਮੈਂ 90% ਦਾ ਸਟ 1.5 ਤੋਂ 2 ਡਾਲਰ ਦਾ ਰੱਖ ਸਕਦਾ ਕਿਉਂਕਿ ਮੈਨੂੰ A+ ਸੈਟਅਪ ਮਿਲ ਰਿਹਾ ਕਾਫੀ ਵਧੀਆ ਰਿਜੈਕਸ਼ਨ ਆਈ ਆ ਸੋ ਲੈਟਸ ਸੇ ਜੇ ਮੇਰਾ ਆਹ ਵਾਲੇ ਲੈਵਲ ਤੇ ਐਂਟਰੀ ਆ 197 ਤੇ ਮੈਂ 1 ਡਾਲਰ ਦਾ ਵੀ ਜੇ ਰੱਖਦਾ ਆਪਦਾ ਟਾਰਗੇਟ ਜਾਂ 1 ਤੋਂ ਜ਼ਿਆਦਾ ਮੇਬੀ 1 ਡਾਲਰ ਐਂਡ 25 ਸੈਂਸ ਦਾ ਰੱਖਦਾ ਸੋ 195 75 ਦੇ ਅਰਾਊਂਡ ਮੇਰਾ ਇਹਦਾ ਟਾਰਗੇਟ ਆ ਸੋ ਆਹ ਲੈਵਲ ਤੇ ਮੇਰਾ ਟਾਰਗੇਟ ਆ ਤਾਂ ਵੀ ਮੈਨੂੰ ਮੇਰੀ ਜਿਹੜੀ ਰਿਸਕ ਟੂ ਰਿਵਾਰਡ ਮਿਲ ਰਹੀ ਆ ਉਹ ਤਾਂ ਵੀ ਮੇਰੀ ਕਾਫੀ ਵਧੀਆ ਮਿਲ ਸਕਦੀ ਆ ਸੋ ਇੱਥੇ ਮੈਂ ਆਪਦਾ ਜਿਹੜਾ ਪਹਿਲਾ ਟਾਰਗੇਟ ਆਪਦੇ ਪਹਿਲੇ ਪਾਰਸ਼ਲ ਇੱਥੇ ਚੱਕ ਸਕਦਾ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਅੱਗੇ ਮੂਵ ਮਿਲ ਜਾਂਦੀ ਹੈ ਮੈਂ ਉਸ ਤੋਂ ਬਾਅਦ ਆਪਦੇ ਪਾਰਸ਼ਲ ਚੱਕ ਸਕਦਾ ਉਸ ਤੋਂ ਬਾਅਦ ਆ ਪੁੱਲ ਬੈਕ ਆਇਆ ਥੈਨ ਐਂਟਰੀ ਤੇ ਸਟਿਲ ਨਹੀਂ ਆਇਆ ਕਿਉਂਕਿ ਇੱਥੇ ਇੰਟਰ ਸੀਗਾ ਉਸ ਤੋਂ ਬਾਅਦ ਫੇਰ ਹੀ ਰਿਜੈਕਟ ਕਰਕੇ ਵੀਵ ਐਪ ਤੋਂ ਕਾਫੀ ਥੱਲੇ ਗਿਆ ਜੇ ਤੁਸੀਂ ਦੇਖੋ ਤਾਂ ਸੋ ਅਰਾਊਂਡ 192 ਦੇ ਅਰਾਊਂਡ ਗਿਆ ਸੋ ਅਲਟੀਮੇਟਲੀ ਇਹਦਾ ਮੇਰਾ ਸਟਾਪ ਲਾਸ ਆ ਉਹ ਹੈਗਾ ਮੇਬੀ 90 ਸੈਂਟ ਦਾ ਤੇ ਇਹਦੀ ਮੇਰੀ ਮੂਵ ਮਿਲੀ ਹੈ ਮੈਨੂੰ ਉਹ ਮਿਲੀ ਹੈ ਲਗਭਗ 4-5 ਡਾਲਰ ਦੀ ਪਰ ਇਹਦੇ ਵਿੱਚ ਐਵਰੇਜ ਮੂਵ ਜਿਹੜੀ ਆ ਉਹ ਮਿਲੂਗੀ ਲ ਪਰ ਇਹਦੇ ਵਿੱਚ ਜਿਹੜੀ ਮੇਨ ਗੱਲ ਆਉਂਦੀ ਹੈ ਕਿ ਸਾਡਾ ਜਿਹੜਾ ਸਟਾਪ ਲਸ ਆ ਉਹ ਕਿਹਦੇ ਨਾਲ ਬੇਸਡ ਆ ਉਹ ਹੈਗਾ ਟੋਟਲ ਏਟੀਆਰ ਨਾਲ ਐਵਰੀ ਟ੍ਰੂ ਰੇਂਜ ਨਾਲ ਅਸੀਂ ਹੁਣ ਇੱਕ ਹੋਰ ਐਗਜ਼ਾਮਪਲ ਲੈ ਲੈਂਦੇ ਐਪਲ ਦੀ ਸੋ ਲੈਟਸ ਸੇ 1 ਮਿੰਟ ਟਾਈਮ ਫਰੇਮ ਆ 1 ਮਿੰਟ ਟਾਈਮ ਫਰੇਮ ਦੇ ਵਿੱਚ ਕਿੰਨੀ ਮੂਵ ਦੇ ਰਿਹਾ 15 ਸੈਂਟ ਦੀ ਇਹ ਕੋਈ ਜ਼ਿਆਦਾ ਹੈ ਨਹੀਂ ਸੋ ਲੈਟਸ ਸੇ ਅਸੀਂ 5 ਮਿੰਟ ਦੇ ਵਿੱਚ ਅ ਟਰੇਡ ਲੈਣਾ ਯਾਨੀ ਕਿ ਮੈਂ ਮਿਡ ਡੇ ਕਰ ਰਿਹਾ ਹੂੰਗਾ ਜਾਂ ਹੋ ਸਕਦਾ ਮੈਂ ਡੇ ਟ੍ਰੇਡ ਕਰ ਰਿਹਾ ਇਹਨੂੰ ਐਪਲ ਨੂੰ ਸੋ ਉਹਦੇ ਵਿੱਚ ਮੈਨੂੰ ਕਿੰਨੀ ਕ ਏਟੀਆਰ ਐਕਸਪੈਕਟ ਕਰ ਸਕਦਾ ਮੈਂ ਸੋ ਉਹਦੇ ਵਿੱਚ ਦੇਖਦੇ ਹਾਂ ਹੁਣ ਏਟੀਆਰ ਕਿੰਨਾ ਸੋ 5 ਮਿੰਟ ਦਾ ਟਾਈਮ ਫਰੇਮ ਆ ਹੁਣ ਇਹਦੇ ਵਿੱਚ ਏਟੀਆਰ ਦੇਖੋ 0.25 ਮਤਲਬ ਮੈਨੂੰ ਘੱਟੋ ਘੱਟ 25 ਸੈਂਟ ਜਾਂ 30 ਸੈਂਟ ਦਾ ਸਟਾਪ ਲੌਸ ਰੱਖਣਾ ਪੈਣਾ ਐਪਲ ਦੇ ਵਿੱਚ ਜੇ ਮੈਂ 5 ਮਿੰਟ ਯੂਜ਼ ਕਰ ਰਿਹਾ ਜਿੱਦਾਂ ਇਦਾਂ ਅਸੀਂ ਵੱਡਾ ਟਾਈਮ ਫਰੇਮ ਯੂਜ਼ ਕਰਦੇ ਹਾਂ ਲੈਟਸ ਸੇ 15 ਮਿੰਟ ਆ ਹੁਣ ਜੇ 15 ਮਿੰਟ ਤੇ ਸਵਿਚ ਕਰਦੇ ਹਾਂ ਉਸ ਤੋਂ ਬਾਅਦ ਜਿਹੜੀ ਅ uh, yeah, 60 ਸੈਂਟ ਤੋਂ ਲੈ ਕੇ 70 ਸੈਂਟ ਦੇ ਵਿੱਚ ਵਿੱਚ दैट मींस ਜੇ ਮੈਂ 15 ਮਿੰਟ ਦੇ ਟਾਈਮ ਫਰੇਮ ਤੇ ਟ੍ਰੇਡ ਕਰ ਰਿਹਾ ਮੈਨੂੰ ਐਟ ਲੀਸਟ ਸਟਾਪ ਲੌਸ ਜਿਹੜਾ ਚਾਹੀਦਾ ਉਹ ਚਾਹੀਦਾ 60 ਸੈਂਟ ਦਾ 70 ਸੈਂਟ ਦਾ ਜਿਹੜਾ ਮੇਰਾ ਟਾਰਗੇਟ ਆ ਉਹ ਮੇਰਾ ਸਟਾਪ ਲੌਸ ਤੋਂ ਜ਼ਿਆਦਾ ਹੋਣਾ ਚਾਹੀਦਾ ਮਤਲਬ ਜਿੱਥੇ ਮੈਂ ਸਟਾਪ ਲੌਸ 80 ਸੈਂਟ ਦਾ ਰੱਖਿਆ ਜਾਂ 70 ਸੈਂਟ ਦਾ ਰੱਖਿਆ ਜਿਹੜਾ ਮੇਰਾ ਟਾਰਗੇਟ ਆ ਉਹ ਐਟ ਲੀਸਟ 1 ਡਾਲਰ ਜਾਂ 70 ਸੈਂਟ ਦਾ 1:1 ਲਾ ਕੇ ਵੀ ਚੱਲਦੇ ਆ 70 ਸੈਂਟ ਤੋਂ ਜ਼ਿਆਦਾ ਹੋਣਾ ਚਾਹੀਦਾ ਸੋ ਹੁਣ ਇਹਦੇ ਵਿੱਚ ਤੁਸੀਂ ਡਿਫਰੈਂਸ ਦੇਖਿਆ ਕਿ ਟੈਸਲਾ ਦੇ ਵਿੱਚ ਕਿੱਥੇ 15 ਪਰ ਜਿਹੜਾ ਐਪਲ ਆ ਉਹਦੇ ਵਿੱਚ 60% 70% ਦੇ ਵਿੱਚ 15 ਮਿੰਟ ਦੇ ਟਾਈਮ ਫਰੇਮ 'ਚ ATR ਆ that means ਐਪਲ ਦਾ ਜਿਹੜਾ ਸਟਾਕ ਆ ਉਹ ਸਲੋ ਮੂਵ ਕਰਦਾ ਐਸ ਕੰਪੇਅਰ ਟੂ ਟੈਸਲਾ ਡਸਨਟ ਮੈਟਰ ਕਿਹੜੀ ਡਾਇਰੈਕਸ਼ਨ ਆ ਚਾਹੇ ਉਹ ਅਪਵਰਡ ਡਾਇਰੈਕਸ਼ਨ ਆ ਚਾਹੇ ਉਹ ਡਾਊਨਵਰਡ ਡਾਇਰੈਕਸ਼ਨ ਆ that means ਐਪਲ ਦੀ ਵੋਲੇਟਿਲਿਟੀ ਜਿਹੜੀ ਆ ਉਹ ਘਾਟਾ ਐਸ ਕੰਪੇਅਰ ਟੂ ਟੈਸਲਾ ਸੋ ਜਦੋਂ ਵੀ ਮੈਂ ਇਹਦੇ ਵਿੱਚ ਟ੍ਰੇਡ ਕਰਨਾ ਮੈਨੂੰ ਪਤਾ ਹੈ ਕਿ ਮੇਰਾ ਜਿਹੜਾ ਸਟੌਪ ਲੌਸ ਆ ਉਹ ਏਟੀਆਰ ਦੇ ਬੇਸ ਦੇ ਉੱਪਰ ਆ ਜਿਵੇਂ ਮੈਂ ਟੈਸਲਾ ਟ੍ਰੇਡ ਕਰ ਰਿਹਾ ਆ ਉਹਦਾ ਏਟੀਆਰ ਅਲੱਗ ਆ ਜਿਵੇਂ ਮੈਂ ਐਪਲ ਟ੍ਰੇਡ ਕਰ ਰਿਹਾ ਆ ਉਹਦਾ ਏਟੀਆਰ ਅਲੱਗ ਆ ਕਈ ਸਟਾਕਸ ਆ ਜਿਨ੍ਹਾਂ ਦੀ ਏਟੀਆਰ ਬਹੁਤ ਜ਼ਿਆਦਾ ਹੁੰਦਾ ਮਤਲਬ ਉਹ ਬਹੁਤ ਜ਼ਿਆਦਾ ਮੂਵ ਕਰਦੇ ਆ ਫੋਰ ਏਗਜ਼ਾਮਪਲ ਕਾਇਨ ਕਾਇਨ ਹੋ ਗਿਆ ਟੈਸਲਾ ਹੋ ਗਿਆ ਇਹਨਾਂ ਦੀ ਏਟੀਆਰ ਬਹੁਤ ਜ਼ਿਆਦਾ ਆ ਸੋ ਇਹਨਾਂ ਵਿੱਚ ਅਸੀਂ ਪੋਜੀਸ਼ਨ ਛੋਟੀ ਰੱਖ ਕੇ ਐਕਸਪੈਕਟੇਸ਼ਨ ਵੱਡੀ ਰੱਖ ਸਕਦੇ ਆ ਮਤਲਬ ਮੂਵ ਜਿਹੜੀ ਆ ਕੈਚ ਵੱਡੀ ਹੋ ਸਕਦੀ ਆ ਹੁਣ ਉਹਦੇ ਵਿੱਚ ਵੀ ਆਪਾਂ ਐਗਜ਼ਾਮਪਲ ਲੈ ਲੈਂਦੇ ਆ ਲੈਟਸ ਸੇ ਜੇ ਅਸੀਂ ਕੌਇਨ ਇਹਦੇ ਵਿੱਚ ਸਰਚ ਕਰਦੇ ਆ ਸੋ ਕੌਇਨ ਦਾ ਏਟੀਆਰ ਜੇ ਤੁਸੀਂ ਦੇਖੋਗੇ ਹੁਣ ਕੌਇਨ ਹੈਗਾ ਮੇਰਲੀ 65 ਡਾਲਰ ਦਾ ਐਪਲ ਹੈਗਾ ਲਗਭਗ 150 ਡਾਲਰ ਤੋਂ ਉੱਪਰ ਟੈਸਲਾ ਵੀ 200 ਡਾਲਰ ਦੇ ਕਰੀਬ ਆ ਪਰ ਕੌਇਨ ਦਾ ਏਟੀਆਰ ਜੇ ਤੁਸੀਂ ਦੇਖੋ 15 ਮਿੰਟ ਦੇ ਵਿੱਚ ਲਗਭਗ ਓਪਨਿੰਗ ਤੇ 2.5 ਡਾਲਰ ਦਾ 댓 ਮੀਨਸ ਲਗਭਗ 4 ਤੋਂ 5% ਦੀ ਮੂਵ ਜਿਹੜੀ ਆ ਕੌਇਨ ਦੇ ਰਿਹਾ 15 ਮਿੰਟ ਦੇ ਟਾਈਮ ਫਰੇਮ ਦੇ ਵਿੱਚ ਜਿਹੜੀ ਕਿ ਬਹੁਤ ਪਲਸ ਰੱਖਣਾ কয়ਨ ਦੇ ਵਿੱਚ ਤੁਹਾਨੂੰ 1 ਡਾਲਰ ਤੋਂ ਜ਼ਿਆਦਾ ਰੱਖਣਾ ਪੈਣਾ ਸੋ ਜਦੋਂ ਵੀ ਤੁਸੀਂ ਸਟਾਪ ਲੌਸ ਰੱਖਣਾ কয়ਨ ਦੇ ਵਿੱਚ ਇਹ ਤੁਹਾਨੂੰ ਦੇਖਣਾ ਪੈਣਾ ਕਿ ਇਹਦੀ ਏਟੀਆਰ ਜ਼ਿਆਦਾ ਆ ਮੇਰੀ ਮੂਵ ਜਿਹੜੀ ਉਹ ਜ਼ਿਆਦਾ ਹੋਊਗੀ ਤੁਸੀਂ ਸਟਾਪ ਲੌਸ ਜ਼ਿਆਦਾ ক্লোਜ਼ ਨਹੀਂ ਰੱਖ ਸਕਦੇ ਸੋ ਜਦੋਂ ਸਟਾਪ ਲੌਸ ਜ਼ਿਆਦਾ ক্লোਜ਼ ਨਹੀਂ ਰੱਖ ਸਕਦੇ ਡੈਫੀਨਿਟਲੀ ਪੋਜੀਸ਼ਨ ਤੁਹਾਨੂੰ ਥੋੜੀ ਜੀ ਛੋਟੀ ਕਰਨੀ ਪਊਗੀ ਕਿਉਂਕਿ ਰਿਸਕ ਜਿਹੜਾ ਤੁਸੀਂ ਉਹ ਸਿਰਫ ਇੱਕ ਤਰੀਕੇ ਨਾਲ ਲੈ ਸਕਦੇ ਹੋ ਜਾਂ ਤਾਂ ਤੁਸੀਂ ਸਟਾਪ ਲੌਸ ਦੂਰ ਰੱਖ ਲਓ ਜਾਂ ਫਿਰ ਪੋਜੀਸ਼ਨ ਵੱਡੀ ਰੱਖ ਲਓ ਹੁਣ ਐਪਲ ਵਰਗਾ ਸਟਾਕ ਆ ਜਿਹਦੀ ਏਟੀਆਰ ਘੱਟ ਆ ਉਹਦੇ ਵਿੱਚ ਮੈਂ ਪੋਜੀਸ਼ਨ ਵੱਡੀ ਰੱਖ ਕੇ ਸਟਾ ਪਲੱਸ ਦੂਰ ਰੱਖ ਕੇ ਟਾਰਗੇਟ ਵੀ ਦੂਰ ਰੱਖ ਸਕਦਾ ਸੋ ਬੇਸਿਕਲੀ ਜਦੋਂ ਤੁਹਾਨੂੰ ਇਹ ਚੀਜ਼ ਰੀਡ ਕਰਨੀ ਆ ਗਈ ਡੇਲੀ ਤੁਸੀਂ ਸਟਾਕ ਟ੍ਰੇਡ ਕਰਦੇ ਆ ਕਈ ਜਣੇ ਹੈਗੇ ਜਿਹੜੇ ਪਿਛਲੇ 5-5 ਸਾਲਾਂ ਤੋਂ ਇਕੱਲਾ ਸਪਾਈਟ ਟ੍ਰੇਡ ਕਰ ਰਹੇ ਆ ਜਾਂ ਕੋਈ ਹੈਗੇ ਜਿਹੜੇ ਐਪਲ ਟ੍ਰੇਡ ਕਰ ਰਹੇ ਪਿਛਲੇ 5-6 ਸਾਲਾਂ ਤੋਂ ਸੋ ਉਹਨਾਂ ਨੂੰ ਬੇਸਿਕਲੀ ਕਿਉਂ ਈਜ਼ੀ ਲੱਗਦਾ ਕੋਈ ਸਟਾਕ ਟ੍ਰੇਡ ਕਰਨਾ ਕਿਉਂਕਿ ਉਹਨਾਂ ਨੂੰ ਏਟੀਆਰ ਰੀਡ ਕਰਨੀ ਆਉਂਦੀ ਆ ਉਹਨਾਂ ਨੂੰ ਮੈਨੂਅਲੀ ਜਾ ਕੇ ਇੱਥੇ ਏਟੀਆਰ ਇੰਡੀਕੇਟਰ ਲਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਕਿਉਂਕਿ ਉਹਨਾਂ ਨੂੰ ਪਤਾ ਕਿ ਇਹਦਾ ਪ੍ਰਾਈਸ ਐਕਸ਼ਨ ਕਿੱਦਾਂ ਦਾ ਸੋ ਬੇਸ ਕਹਿੰਦੇ ਆ ਪ੍ਰਾਈਸ ਐਕਸ਼ਨ ਸੋ ਇਹਦੇ ਵਿੱਚ ਬਹੁਤ ਜ਼ਿਆਦਾ ਕਨਫਿਊਜ਼ ਨਾ ਹੋਇਓ ਕਿ ਬਈ ਪ੍ਰਾਈਸ ਐਕਸ਼ਨ ਹੁੰਦਾ ਕੀ ਹੈ ਪ੍ਰਾਈਸ ਐਕਸ਼ਨ ਬੇਸਿਕਲੀ ਇ ਹੈ ਪ੍ਰਾਈਸ ਮੂਵਮੈਂਟ ਆਫ ਅ ਸਟਾਕ ਇਨ ਅ ਪਾਰਟिकुलर ਟਾਈਮ ਫਰੇਮ ਜਿਹੜਾ ਮਰਜੀ ਟਾਈਮ ਫਰੇਮ ਆ ਤੁਸੀਂ ਯੂਜ਼ ਕਰ ਰਹੇ ਹੋ ਟ੍ਰੇਡਿੰਗ ਲਈ ਮੇਕ ਸ਼ੋਰ ਉਹਦੇ ਵਿੱਚ ਏਟੀਆਰ ਜ਼ਰੂਰ ਤੁਹਾਨੂੰ ਪਤਾ ਹੋਵੇ ਉਹਦੇ ਬੇਸ ਦੇ ਉੱਪਰ ਐਂਟਰੀ ਲਿਆ ਕਰੋ ਹਰ ਇੱਕ ਦਾ ਟ੍ਰੇਡਿੰਗ ਸਟਾਈਲ ਅਲੱਗ-ਅਲੱਗ ਹੁੰਦਾ ਜਿਹੜਾ ਮੇਰਾ ਟ੍ਰੇਡਿੰਗ ਸਟਾਈਲ ਆ ਉਹ ਹੈਗਾ ਟੋਟਲੀ ਪ੍ਰਾਈਸ ਐਕਸ਼ਨ ਦੇ ਬੇਸ ਮਤਲਬ ਮੈਂ ਪ੍ਰਾਈਸ ਐਕਸ਼ਨ ਦੇਖ ਕੇ ਹੀ ਐਂਟਰੀ ਐਗਜ਼ਿਟ ਲੈਣਾ ਸੋ ਤੁਸੀਂ ਹੁਣ ਚਾਰਟਸ ਸੋ ਇਹਦੇ ਵਿੱਚੋਂ ਆਪਾਂ ਰੀਕੈਪ ਕਰਦੇ ਹਾਂ ਬੇਸਿਕਲੀ ਕਿ ਜਿਹੜਾ ਤੁਸੀਂ ਕੋਈ ਵੀ ਟਰੇਡ ਲੈਣਾ ਆ ਮੇਕ ਸ਼ੋਰ ਕਿ ਤੁਹਾਨੂੰ ਉਹਦਾ ਏਟੀਆਰ ਪਤਾ ਹੋਵੇ ਐਵਰੇਜ ਟ੍ਰੂ ਰੇਂਜ ਪਤਾ ਹੋਵੇ ਜੇ ਤੁਹਾਨੂੰ ਉਹਦਾ ਮੈਂਟਲੀ ਏਟੀਆਰ ਨਹੀਂ ਪਤਾ ਤਾਂ ਤੁਸੀਂ ਉਹਦਾ ਇੰਡੀਕੇਟਰ ਦੇ ਉੱਪਰ ਜਾ ਕੇ ਜਿਵੇਂ ਟ੍ਰੇਡਿੰਗ ਵਿਊ ਆ ਜਾਂ ਕੋਈ ਵੀ ਬ੍ਰੋਕਰ ਆ ਉਹਦੇ ਵਿੱਚ ਜਾ ਕੇ ਏਟੀਆਰ ਲਗਾ ਸਕਦੇ ਹੋ ਟਰੇਡ ਲੈਣ ਤੋਂ ਪਹਿਲਾਂ ਮੇਕ ਸ਼ੋਰ ਕਰੋ ਕਿ ਤੁਹਾਡਾ ਜਿਹੜਾ ਸਟਾਪ ਲੌਸ ਆ ਤੇ ਪ੍ਰੋਫਿਟ ਟਾਰਗੇਟ ਆ ਦੋਨੋਂ ਪ੍ਰੀ ਡਿਸਾਈਡਡ ਹੋਣ ਸੋ ਬੇਸਿਕਲੀ ਮੇਰਾ ਕਹਿੰਦਾ ਮਤਲਬ ਇਹੀ ਆ ਕਿ ਏਟੀਆਰ ਪ੍ਰਾਈਸ ਐਕਸ਼ਨ ਇਹੇ ਟਰੇਡ ਪਲੈਨਿੰਗ ਦੇ ਵਿੱਚ ਬਹੁਤ ਇੰ ਸੋ ਗਾਈਜ਼ ਇਹ ਸੀਗੀ ਅੱਜ ਦੀ ਵੀਡੀਓ ਕਿ ਪ੍ਰਾਈਸ ਐਕਸ਼ਨ ਕੀ ਹੁੰਦਾ ਹੈ ਏਟੀਆਰ ਕਿਵੇਂ ਦੇਖਣਾ ਪ੍ਰਾਈਸ ਐਕਸ਼ਨ ਨੂੰ ਰੀਡ ਕਿਦਾਂ ਕਰਨਾ ਇਸੇ ਚੈਨਲ ਦੇ ਉੱਪਰ ਹੋਰ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਉਹ ਆ ਰਹੀਆਂ ਹਨ ਕੁਝ ਕੁ ਵੀਡੀਓ ਬਹੁਤ ਲੰਬੀਆਂ ਹੋਣਗੀਆਂ ਉਹ ਪਰ ਮੈਨੂੰ ਮੈਟਰ ਨਹੀਂ ਕਰਦਾ ਜਿੰਨੀਆਂ ਮਰਜ਼ੀ ਲੰਬੀਆਂ ਹੋਣ ਤੁਸੀਂ ਦੇਖਣ ਵਾਲੇ ਹੋਣੇ ਚਾਹੀਦੇ ਆ ਜੇ ਮੈਨੂੰ ਘੰਟਿਆਂ ਦੀ ਵੀਡੀਓ ਵੀ ਬਣਾਉਣੀਆਂ ਪਈਆਂ ਆਈ ਵਿਲ ਮੇਕ ਇਟ ਬਟ ਮੇਕ ਸ਼ੋਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬੈਲ ਆਈਕਨ ਹਿੱਟ ਕਰੋ ਉਹਦੇ ਨਾਲ ਇਹ ਆ ਤੁਸੀਂ ਕੋਈ ਵੀ ਅਪਡੇਟ ਆਉ ਮਿਸ ਨਹੀਂ ਕਰੋਗੇ ਤੇ ਦੇਸੀ ਪੁੱਲਸ ਦਾ ਜਿਹੜਾ ਆਪਣਾ ਇੰਸਟਾਗ੍ਰam ਪੇਜ ਹੈ ਜੇ ਤੁਹਾਨੂੰ ਕੋਈ ਵੀ ਕੁਐਸਚਨ ਹੈ ਤੁਸੀਂ ਕਮੈਂਟ ਡਾਊਨ ਕਰ ਸਕਦੇ ਆ ਜਾਂ ਫਿਰ ਮੈਨੂੰ ਇੰਸਟਾਗ੍ਰam ਤੇ ਡੀਐਮ ਕਰ ਸਕਦੇ ਆ ਚਾਹੇ ਦੇਸੀ ਬੁੱਲਸ ਦੇ ਉੱਪਰ ਡੀਐਮ ਕਰ ਲਓ ਚਾਹੇ ਮੇਰਾ ਪਰਸਨਲ ਜਿਹੜਾ ਇੰਸਟਾਗ੍ਰam ਹੈਂਡਲ ਹੈਗਾ ਉਹ ਹੈਗਾ thepunjabi trader ਉਹਦੇ ਤੇ ਡੀਐਮ ਕਰ ਲਓ ਤੋਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਪਫੁਲੀ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਤਦ ਤੱਕ ਲਈ ਰੱਬ ਰੱਖਾ ਧਿਆਨ ਰੱਖਿਓ ਸਾਰੇ ਮਿਲਦੇ ਆ ਅਗਲੀ ਵੀਡੀਓ 'ਚ